ਪੰਜਾਬ ਦੇ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਫਾਜ਼ਿਲਕਾ ਵਿਖੇ ਪਿਛਲੇ 17 ਦਿਨਾਂ ਤੋਂ ਰੇਲ ਟਰੈਕ ਤੇ ਧਰਨਾ ਲਗਾ ਕੇ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਸ ਦੇ ਕਾਰਪੋਰੇਟ ਭਾਈਵਾਲ ਮੁਕੇਸ਼ ਅੰਬਾਨੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਮਜ਼ਦੂਰ ਕਮੇਟੀ ਵੱਲੋਂ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਾਮਰੇਡ ਸੁਰਿੰਦਰ ਢੰਡੀਸਾ, ਮਾਸਟਰ ਬੂਟਾ ਸਿੰਘ, ਰਮੇਸ਼ ਮਿੱਡਾ, ਪ੍ਰਗਟ ਸਿੰਘ ਚੱਕਪੱਖੀ ਅਤੇ ਹੋਰ ਕਿਸਾਨ ਆਗੂਆਂ ਨੇ ਕੀਤੀ। ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਪਹਿਲੀ ਵਾਰ ਵਾਪਰਿਆ ਕਿ ਬਿਨਾਂ ਸੰਵਿਧਾਨਿਕ ਢੰਗ ਅਪਣਾਉਂਦਿਆਂ ਇਹਨਾਂ ਖੇਤੀ ਕਾਨੂੰਨਾਂ ਨੂੰ ਪਾਸ ਕੀਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਆਪ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਸੀ, ਪਰੰਤੂ ਦਿੱਲੀ ਵਿਖੇ ਬੁਲਾ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਬਜਾਏ ਉਹਨਾਂ ਨੂੰ ਬੇਰੰਗ ਵਾਪਸ ਮੁੜਨਾ ਪਿਆ। ਅੱਜ ਅਸੀਂ ਇੱਥੋਂ ਬਕਾਇਦਾ ਸਟੇਸ਼ਨ ਫਾਜ਼ਿਲਕਾ ਤੋਂ ਮਾਰਚ ਕਰਦੇ ਹੋਏ ਬਾਜ਼ਾਰਾਂ ਦੇ ਵਿੱਚ ਦੀ, ਅਤੇ ਅਸੀਂ ਅਨਾਜ ਮੰਡੀ ਦੇ ਵਿੱਚ ਜਾ ਕੇ ਮੋਦੀ ਦਾ ਪੁਤਲਾ ਫੂਕਿਆ ਅਤੇ ਮੋਦੀ ਨੂੰ ਦੱਸਿਆ ਕਿ ਜਿਹੜੀਆਂ ਤੇਰੀਆਂ ਇਹ ਲੂੰਬੜ ਚਾਲਾਂ ਨੇ ਜਾਂ ਜਿਹੜਾ ਵੀ ਤੂੰ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਜਾਂ ਕਾਨੂੰਨ ਬਣਾਏ ਨੇ, ਜਦੋਂ ਤੱਕ ਇਹ ਤੂੰ ਵਾਪਸ ਨਾ ਲਏਗਾ ਉਦੋਂ ਤੱਕ ਇਹ ਕਿਸਾਨ ਜਥੇਬੰਦੀਆਂ ਇਵੇਂ ਡਟੀਆਂ ਰਹਿਣਗੀਆਂ। ਰੇਲਵੇ ਸਟੇਸ਼ਨ ਤੋਂ ਸਮੂਹ ਜਥੇਬੰਦੀਆਂ ਦੇ ਇਕੱਠ ਦੇ ਵਿੱਚੋਂ ਅਸੀਂ ਸਮੁੱਚਾ ਵਰਗ ਦਾ ਪ੍ਰਤੀਨਿਧਿਤਵ ਕਰਦੇ ਹਾਂ। ਅਸੀਂ ਅੱਜ ਮੋਦੀ ਸਰਕਾਰ ਦਾ ਪੁਤਲਾ ਸਾੜਿਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਨਦਾਤਾ ਨੂੰ ਉਹਨੇ ਜਿਵੇਂ ਦਰਕਾਰਿਆ ਸੀਗਾ, ਹਮੋ ਹਮ ਆ ਕੇ ਬੜੇ ਚਾਵਾਂ ਨਾਲ ਗਏ ਸੀ, ਪਰ ਉੱਥੇ ਜਾ ਕੇ ਜੋ ਸੈਕਟਰੀ ਨੇ ਵਤੀਰਾ ਕੀਤਾ ਉਹ ਅਸੀਂ ਬੜਾ ਨਿੰਦਣਯੋਗ ਸੀ। ਉਸ ਤੋਂ ਬਾਅਦ ਉਹਨੇ ਵੇਟ ਕਰਦੇ ਸੀਗੇ ਵੀ ਸ਼ਾਇਦ ਇਹ ਸੁਧਰ ਜਾਊਗਾ, ਅੰਤ ਸਾਨੂੰ ਜੋ ਉਹਨੇ ਕੀਤੀ ਉਹਦੀ ਮੂੰਹ ਦੀ ਉਹਨੂੰ ਖਾਣੀ ਪਊਗੀ, ਕਿਉਂਕਿ ਅੱਡ ਅੱਡ ਵੇਖ ਲਿਆ ਹੋ ਕੇ ਅੱਜ ਸਮੁੱਚੇ ਰੂਪ ਵਿੱਚ ਸਮੁੱਚੀਆਂ ਕਿਸਾਨ ਬੰਦੀ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨੇ ਜਿਨ੍ਹਾਂ ਸਾਨੂੰ ਪਿਆਰ ਅਤੇ ਸਤਿਕਾਰ ਸਮੁੱਚੇ ਪੰਜਾਬ ਵਿੱਚੋਂ ਮਿਲ ਰਿਹਾ। ਸਾਡੇ ਕੋਲ 15-15, 20-20 ਦਿਨ ਦਾ ਲੰਗਰ ਦੀਆਂ ਲਿਸਟਾਂ ਤਿਆਰ ਹੈ ਵੀ ਅੱਜ ਨਗਰ ਵਿੱਚੋਂ ਇਸ ਦਿਨ ਆਊਗਾ, ਇਸ ਨਗਰ ਵਿੱਚੋਂ ਆ ਇਸ ਦਿਨ ਗਿਆ। ਸਮੁੱਚਾ ਕਿਸਾਨ ਵਰਗ, ਸਮੁੱਚੇ ਬੱਚੇ, ਸਮੁੱਚੇ ਆੜ੍ਹਤੀਆ ਵਰਗ, ਹਰੇਕ ਵੱਲੋਂ ਸਾਨੂੰ ਪੂਰਨ ਹੰਗਾਰਾ ਮਿਲ ਗਿਆ ਵੀ ਵੇਖਿਆ ਜੋ ਕਿਤੇ ਡੋਲਣਾ ਜਾਇਆ ਜੋ, ਜੇ ਮੋਦੀ ਪੰਜਾਬ ਨੂੰ ਡਰਾ ਗਿਆ, ਕਿਉਂਕਿ ਜਰਵਾਣਾ ਨਾਲ ਮੁੜ ਤੋਂ ਹੀ ਪੰਜਾਬ ਦੀ ਜਿਹੜੀ ਪੰਜਾਬੀਅਤ ਹੈ ਉਹ ਸੈਨਾ ਨਾਲ ਅੱਗਾ ਲੈਂਦੀ ਰਹੀ ਹੈ, ਅੱਗੇ ਹੋ ਕੇ ਆਪਦਾ ਤਲੀਆਂ 'ਤੇ ਸੀਸ ਰੱਖ ਕੇ ਭਾਵੇਂ ਚਾਈਨਾ ਨਾਲ ਲੜਾਈ ਹੈ ਭਾਵੇਂ ਪਾਕਿਸਤਾਨ ਨਾਲ ਲੜਾਈ ਹੈ, ਉਹ ਪੰਜਾਬੀ ਯੋਧਿਆਂ ਨੇ ਅਣਖ ਨਾਲ ਉਹਨੂੰ ਵਿਗਾੜਿਆ। ਅੱਜ ਅਸੀਂ ਇਹਨੂੰ ਵੀ ਵਿਗਾੜਦੇ ਹਾਂ ਵੀ ਤੂੰ ਹੋਰਾਂ 'ਤੇ ਗਿੱਝਿਆ ਹੋ ਗਿਆ, ਪੰਜਾਬ ਨਾਲ ਪੰਗਾ ਨਾ ਲੈ। ਜੇ ਪੰਜਾਬ ਦੀ ਕਿਸਾਨੀ ਬਰਬਾਦ ਹੋ ਗਈ, ਸਮੁੱਚਾ ਪੰਜਾਬ, ਸਮੁੱਚੀ ਸਾਡੀ ਔਲਾਦ ਬਰਬਾਦ ਹੋ ਜੂਗੀ। ਇਸ ਕਰਕੇ ਅਸੀਂ ਆਪਦੇ ਅੱਖੀਂ ਵੇਖਦੇ ਹਾਂ, ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਦੀ ਜਵਾਨੀ ਨੂੰ ਅਸੀਂ ਗਲਦਾ ਨਹੀਂ ਵੇਖ ਸਕਦੇ। 1,53,000 ਬੱਚਾ ਸਾਡਾ ਵਿਦੇਸ਼ ਗਿਆ ਹੈ। ਇਸ ਕਰਕੇ ਅਸੀਂ ਇਹਨੂੰ ਵਾਰਨਿੰਗ ਦਿੰਦੇ ਹਾਂ ਵੀ ਮੋਦੀ ਬੰਦਾ ਬਣ ਜਾ, ਜਿਹੜੇ ਕਾਨੂੰਨ ਤੇਰੇ ਪਾਸ ਕੀਤੇ ਉਹ ਰੱਦ ਵੀ ਹੋ ਸਕਦੇ ਆ, ਤੂੰ ਜਲਦੀ ਤੋਂ ਜਲਦੀ ਰੱਦ ਕਰਕੇ ਸਾਨੂੰ ਪੰਜਾਬ ਨੂੰ ਉਜਾੜਨਾ ਵਸਾ ਦੇ। ਦੇਸ਼ ਵਿਦੇਸ਼ ਕੇ ਤਮਾਮ ਖਬਰੋਂ ਸੇ ਜੁੜੇ ਰਹਿਣੇ ਕੇ ਲਈ ਸਬਸਕ੍ਰਾਈਬ ਕਰੇ ਸੱਚ ਕਹੂੰ, ਔਰ ਬੈਲ ਆਈਕਨ ਪ੍ਰੈਸ ਕਰਕੇ ਪਾਏ ਹਰ ਲੇਟੈਸਟ ਅਪਡੇਟ ਸਭ ਸੇ ਪਹਿਲੇ।